ਸਰ ਕੀ ਨਾਂ ਤੁਹਾਡਾ ਸਤਨਾਮ ਸਿੰਘ ਹਾਂ ਮੈਂਬਰ ਬਲਾਕ ਸੰਮਤੀ ਚੋਲਾ ਸਾਹਿਬ ਅੱਛਾ ਜੀ ਅੱਜ ਆਪਣੇ ਵਿਧਾਨ ਸਭਾ ਹਲਕਾ ਜਿਸ ਤਰੀਕੇ ਨਾਲ ਖੜੂਰ ਲੋਕ ਸਭਾ ਹਲਕਾ ਖੜੂਰ ਸਾਹਿਬ ਦੇ ਜਿਹੜੇ ਸਾਬਕਾ ਐਮ ਪੀ ਰਣਜੀਤ ਸਿੰਘ ਬ੍ਰਹਮਪੁਰਾ ਉਹਨਾਂ ਦੇ ਅੱਜ ਜਿਸ 'ਤੇ ਉਹਨਾਂ ਨੇ ਸਵਾਸਾਂ ਦੀ ਪੂੰਜੀ ਆਪਣੀ ਪੂਰੀ ਕਰ ਲਈ ਹੈ ਸੋ ਵਰਕਰਾਂ 'ਚ ਕਿੰਨਾ ਕੁ ਦੁੱਖ ਦਾ ਪ੍ਰਗਟਾਵਾ ਜਿਹੜਾ ਪਾਇਆ ਜਾ ਰਿਹਾ ਹਲਕੇ ਦੇ ਲੋਕਾਂ ਦੇ ਵਿੱਚ ਜਾਂ ਆਪਣੇ ਇੱਕ ਪੰਜਾਬ ਦੇ ਆਗੂ ਸੀ ਸੋ ਪੰਜਾਬ ਦੇ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਕਿੱਡਾ ਕੁ ਘਾਟਾ ਪਿਆ ਜੀ ਬਹੁਤ ਵੱਡਾ ਘਾਟਾ ਪਿਆ ਵਾ ਵਰਕਰ ਜਿਹੜੇ ਆ ਇਕੱਲੇ ਅਕਾਲੀ ਦਲ ਦੇ ਨਹੀਂ ਸਾਰੀਆਂ ਪਾਰਟੀਆਂ ਦਾ ਜਿਹੜੇ ਹਲਕੇ ਦੇ ਲੋਕ ਵਾ ਇਲਾਕੇ ਦੇ ਲੋਕ ਆ ਬਹੁਤ ਜ਼ਿਆਦਾ ਫੋਨ ਆਏ ਬਹੁਤ ਮਜੂਸ਼ ਆ ਬਹੁਤ ਦੁੱਖ ਮਨਾਇਆ ਲੋਕਾਂ ਨੇ ਦੁਖੀ ਆ ਲੋਕ ਇਹ ਗੱਲ ਕੀ ਗੱਲਬਾਤ ਬਣੀ ਕੋਈ ਤੁਹਾਡੀ ਆਪਣੇ ਰਵਿੰਦਰ ਸਿੰਘ ਬ੍ਰਹਮਪੁਰਾ ਨਾਲ ਫੋਨ 'ਤੇ ਗੱਲਬਾਤ ਹੋਈ ਹੋਈ ਮੇਰੀ ਗੱਲ ਘੰਟੇ ਦੋ ਘੰਟੇ ਹੁੰਦੀ ਰਹੀ ਸੀ ਅਤੇ ਹੁੰਦੀ ਰਹਿੰਦੀ ਕੱਲ੍ਹ ਵੀ ਹੋਈ ਸ਼ਾਮੀ ਵੀ ਹੋਈ ਆ ਅੱਜ ਵੀ ਹੋਈ ਆ ਅੱਜ ਤੋਂ ਬਾਅਦ 'ਚ ਹੀ ਹੋਈ ਮੁੜ ਕੇ ਜਦੋਂ ਪਤਾ ਲੱਗਾ ਅਤੇ ਕੀ ਦੱਸਿਆ ਉਹਨਾਂ ਤੁਹਾਨੂੰ ਸੀਰੀਅਸ ਤਾਂ ਵਾਹਵਾ ਦਿਨਾਂ ਦੇ ਸੀ ਇੱਥੋਂ ਜਦੋਂ ਲੈ ਕੇ ਗਏ ਆ ਨਾ ਇਨਫੈਕਸ਼ਨ ਜਿਸ ਤਰ੍ਹਾਂ ਆਪਣੇ ਦੱਸਿਆ ਰਿੰਕੂ ਨੇ ਹਾਂਜੀ ਇਸ ਤਰ੍ਹਾਂ ਹੀ ਤਾਂ ਪਰ ਕਾਇਮ ਹੋਣ ਦੇ ਚਾਂਸ ਸੀ ਪਹਿਲਾਂ ਤਾਂ ਦੋ ਚਾਰ ਦਿਨ ਘਰੋਂ ਹੀ ਖਾਣਾ ਖਾਂਦੇ ਰਹੇ ਆ ਅੱਛਾ ਜੀ ਅਤੇ ਆਹ ਅਚਾਨਕ ਹੀ ਕੋਈ ਇਹੋ ਜਿਹਾ ਹਾਲਟ ਪੈ ਗਿਆ ਅਟੈਕ ਹੀ ਆ ਗਿਆ ਕਿ ਅਟੈਕ ਆ ਗਿਆ ਹਾਂਜੀ ਬਾਕੀ ਐਡਾ ਲੀਡਰ ਜਿਹੜਾ ਵਾ ਐਡਾ ਲੀਡਰ ਜਿਹੜਾ ਜੰਮਣਾ ਕਿਸੇ ਨੇ ਇੰਨੀ ਵੱਡੀ ਮਿਹਨਤ ਨਹੀਂ ਕਰਨੀ ਅਤੇ ਨਾ ਹੀ ਐਡਾ ਵੱਡਾ ਕੋਈ ਤਿਆਗ ਕਰ ਸਕਦਾ ਲੋਕ ਲਾਲਚੀ ਆ ਲੋਕ ਪੰਜਾਂ ਦਸਾਂ ਸਾਲਾਂ ਦੇ ਵਿੱਚ ਫਲ ਭਾਲਦੇ ਨਾ ਸਾਰੀ ਜ਼ਿੰਦਗੀ ਜਿਹੜੀ ਆ ਲੇਖੇ ਲਾਈ ਅਤੇ ਫਿਰ ਔਖੇ ਸੌਖੇ ਸਮੇਂ ਜਿਹੜੇ ਬਹੁਤ ਵੱਡੇ ਸੰਘਰਸ਼ ਕੀਤੇ ਅਤੇ ਸਦਾ ਹੀ ਜਿਹੜਾ ਜਦੋਂ ਵੀ ਜਾਵਰ ਅਤੇ ਜ਼ੁਲਮ ਹੁੰਦਾ ਸੀ ਉਹਦਾ ਟਾਕਰਾ ਕਰਦੇ ਰਹੇ ਇਹਨਾਂ ਗੱਲਾਂ ਦਾ ਕਰਕੇ ਜਿਹੜਾ ਬ੍ਰਹਮਪੁਰਾ ਸਾਹਿਬ ਦਾ ਕੱਦ ਜਿਹੜਾ ਸਾਰੇ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ 'ਚ ਸਾਰੇ ਵਰਲਡ ਦੇ ਵਿੱਚ ਹੀ ਇਹਨਾਂ ਦਾ ਨਾਂ ਸੀ ਬਹੁਤ ਵੱਡੇ ਲੀਡਰ ਹੇਡਾ ਜਿਹੜਾ ਘਾਟਾ ਹੋਇਆ ਪੂਰਾ ਹੋਣਾ ਬਹੁਤ ਮੁਸ਼ਕਲ ਆ ਸਰ ਕਿੰਨੀ ਕੁ ਉਮਰ ਦੇ ਵਿੱਚ ਸਿਆਸਤ ਵਿੱਚ ਆ ਇਹ ਤਾਂ ਸਮਝ ਲਓ ਵੀ 19-20 ਸਾਲ ਦੇ ਜਦੋਂ ਸਰਪੰਚ ਹੀ ਤੁਰ ਪਿਆ ਅਤੇ ਉਦੋਂ ਹੀ ਬਹੁਤ ਛੋਟੀ ਉਮਰ 'ਚ ਪਿੰਡ ਦੇ ਸਰਪੰਚ ਬਣ ਕੇ ਮੁੜ ਕੇ ਬਲਾਕ ਸੰਮਤੀ ਦਾ ਮੈਂਬਰ ਬਣੇ ਮੈਂਬਰ ਬਣਨ ਤੋਂ ਬਾਅਦ ਇਹਨਾਂ ਦਾ ਜਿਹੜਾ ਵਾ ਚੇਅਰਮੈਨੀ ਤੋਂ ਥੋੜ੍ਹਾ ਜਿਹਾ ਪ੍ਰਤਾਪ ਸਿੰਘ ਕੈਰੋ ਨਾਲ ਖਲਰ ਪੈ ਗਿਆ ਵੀ ਉਹ ਧੱਕੇ ਨਾ ਬਣਾਉਣੇ ਚਾਹੁੰਦੇ ਸੀ ਕਿਸੇ ਨੂੰ ਇਹਨਾਂ ਨੇ ਉਸ ਗੱਲ ਦਾ ਵਿਰੋਧ ਕੀਤਾ ਅਤੇ ਫਿਰ ਜਮ੍ਹਾਂ ਚੱਲ ਸੋ ਚੱਲ ਹੀ ਬਹੁਤ ਵੱਡੀ ਜੰਗਾਂ ਇਹਨਾਂ ਲੜੀਆਂ ਲੜਾਈ ਸਰ ਜੇਲ੍ਹ ਕਿੰਨਾ ਕੁ ਚਿਰ ਕੱਟੀ ਜੇਲ੍ਹ ਇਹ ਆਪ ਦੱਸਦੇ ਹੁੰਦੇ ਵੀ 9-10 ਸਾਲ ਇਹਨਾਂ ਜੇਲ੍ਹ ਕੱਟੀ ਅਤੇ ਬਹੁਤ ਜਿਹੜਾ ਉੱਥੇ ਕੰਬੇ ਟੂਰ ਜਿੱਥੇ ਔਖੀਆਂ ਜੇਲ੍ਹਾਂ ਸੀ ਉੱਧਰ ਕਾਲੇ ਪਾਣੀਆਂ ਦੇ ਉੱਥੇ ਨਾ ਕੱਟੀ ਸਦਾ ਸਿੰਘ ਹਾਂਜੀ ਭਾਅ ਜੀ ਬਜ਼ੁਰਗਾਂ ਦੀ ਬ੍ਰਹਮਪੁਰਾ ਸਾਹਿਬ ਦੀ ਅੱਜ ਮੌਤ ਹੋ ਗਈ ਨੇ ਕੀ ਗੱਲਬਾਤ ਬਣੀ ਹੈ ਕਿ ਢਿੱਲੇ ਮੱਠੇ ਕੋਈ ਕੁਛ ਟਾਈਮ ਢਿੱਲੇ ਸੀ ਪਰ ਹੁਣ ਸਿਹਤ ਸੁਧਾਰ ਸੀ ਅੱਜ ਅਚਾਨਕ ਹੀ ਮਤਕਾਲ ਰਾਤੀ ਗੱਲ ਹੋਈ ਸੀ ਠੀਕ ਸੀ ਗੱਲਬਾਤ ਕੀਤੀ ਹੈ ਸਵੇਰ ਤੜਕੇ ਇਕਦਮ ਅਟੈਕ ਆਇਆ ਉੱਥੇ ਪੀ ਜੀ ਆਈ ਸੀ ਅਚਾਨਕ ਦਰਦ ਹੋ ਗਿਆ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜਿਹੜੇ ਥੰਮ ਇੱਕ ਹਿਸਾਬ ਨਾਲ ਡਿੱਗ ਗਏ ਨੇ ਸੋ ਪਾਰਟੀ ਨੂੰ ਬੜਾ ਵੱਡਾ ਘਾਟਾ ਪਿਆ ਸੋ ਤੁਹਾਡੇ ਜਿਸ ਤਰੀਕੇ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਸੋ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਜੇ ਯੁੱਗ ਦਾ ਅੰਤ ਹੋ ਗਿਆ ਸਿਆਸਤ ਦਾ ਵੀ ਜੋ ਸਿਆਸਤ ਵਿੱਚ ਉਹਨਾਂ ਦੀ ਆਪਣੀਆਂ ਮੱਲਾਂ ਸੀ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਕਿ ਜੋ ਲੋਕਾਂ ਨੇ ਬਹੁਤ ਕੰਮ ਕੀਤੇ ਲੋਕ ਬਹੁਤ ਦਿਨੋਂ ਪਿਆਰ ਕਰਦੇ ਪਾਰਟੀ ਨੂੰ ਘੱਟਾ ਪੈਣਾ ਕੋਈ ਸੀਨੀਅਰ ਲੀਡਰ ਸੀ ਪਾਰਟੀ ਦਿਨ ਰਾਤ ਮਿਹਨਤ ਕੀਤੀ ਸੀ ਬਾਕੀ ਜੋ ਮਹਿਗੂ ਦਾ ਹੁਕਮ ਕੁਛ ਕਰ ਨਹੀਂ ਸਕਦਾ